खतरनाक करना बैठे जैसे
Yeah.
सभी साथी और विवादी हुए गुरु गुरु खालसा सत संगत जी आजा सारे माता सुधीर कौर जी जो सानू कुछ दिन पहला श्री विछोड़ा दे गए हैं उन्होंने अंतम अरदास शामिल होने वास्ते रिश्तेदार पिंड की संगत जिन्हें भी संत गुरु साहब के चरणों में पहुंची है आओ एक बार बैठ के सारी संगत धन गुरु गोबिंद सिंह महाराज जी के वाक बुला जे तू दुनिया में जा
ਪੂਰਨ ਕਰੇ ਭਲੇ ਕਰਮ ਕਮਾਵੇ ਗੁਰੂਆਂ ਨੂੰ ਕੁਮਾਰੀ ਕਰੇ ਸਭ ਦਾ ਭਲਾ ਕਰੇ ਦਸਾਂ ਮਾਵਾਂ ਦੀ ਕਿਰਤ ਕਮਾਈ ਕਰਦਾ ਹੋਇਆ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੋਇਆ ਜਦੋਂ ਤੂੰ ਦਰਗਾਹ ਦੇ ਵਿੱਚ ਆਵੇ ਤੇ ਤੈਨੂੰ ਇਹ ਗੱਲ ਕੋਈ ਨਾ ਕਹੇ ਰੇੜੇ ਕਰਕੇ ਕਹਿ ਨਾ ਪਊ ਆਓ ਬੈਠ ਆਸਰਸ਼ਮ ਤੈਨੂੰ ਰੇੜੇ ਕੋਈ ਨਾ ਕਰੇ ਤੈਨੂੰ ਕੋਈ ਬੋਲੇ ਨਾ ਜਿੱਥੇ ਤੂੰ ਆਇਆ ਸੀ ਸਤਿਕਾਰ ਨਾਲ ਤੈਨੂੰ ਭੇਜਿਆ ਸੀ ਜੇ ਤੂੰ ਸਤਿਕਾਰ ਖੱਟ ਕੇ ਵਾਪਸ ਆਇਆ ਨਾ ਫਿਰ ਤੈਨੂੰ ਉੱਥੇ ਦਰਗਾਹ ਦੇ ਵਿੱਚ ਤੈਨੂੰ ਜਗ੍ਹਾ ਦੇ ਫਿਰ ਰੇਲੇ ਕਰਕੇ ਕਹਿ ਨਾ ਤੂੰ ਆਓ ਬੈਠ ਆਦਰ ਸ਼ੁਭ ਦੇਊ ਉੱਥੇ ਤੈਨੂੰ ਆਦਰ ਦੇਣਗੇ ਤੇਰਾ ਮਾਣ ਕਰਨਗੇ ਹੁਣ ਜਿਵੇਂ ਕਿ ਕੋਈ ਇਨਸਾਨ ਭਲੇ ਕਰਮ ਕਮਾਉਂਦਾ ਹੈ ਭਲੇ ਕਰਮ ਕਰਦਾ ਹੈ ਗਰੀਬ ਬੇਟੀਆਂ ਦੇ ਬਾਹਰ ਵਿਆਹ ਕਰਦਾ ਹੈ ਉਹਨੂੰ ਅਗਲਾ ਸਤਿਕਾਰ ਕਰਦਾ ਹੈ ਵਧੀਆ ਕਾਰਜ ਕਰਦਾ ਹੈ ਭਾਈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਜੇ ਤੈਨੂੰ ਮਨੁੱਖਾ ਦੇ ਹੀ ਮਿਲੀ ਹੈ ਨਾ ਇਹਦੇ ਨਾਲ ਸ਼ੁਭ ਕਰਮ ਕਮਾ
ਜਦੋਂ ਜਲ ਪਵਾਰ ਕਰਕੇ ਮਾਤਾ ਗੰਗਾ ਜੀ ਨੂੰ ਆ ਗਏ ਤਾਂ ਸਾਰੀ ਸੰਗਤ ਬਹਿ ਗਈ ਮਹਾਰਾਜ ਕੋਲ ਜਿਵੇਂ ਹੁਣ ਆਪਾਂ ਬੈਠੇ ਹਾਂ। ਮਹਾਰਾਜ ਦਾ ਤਖ਼ਤ ਸਜਿਆ ਹੋਇਆ ਹੈ ਤੇ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜਦੋਂ ਅਸੀਂ ਮਾਤਾ ਜੀ ਨੂੰ ਜਲ ਪ੍ਰਵਾਹ ਕਰਨ ਲੱਗੇ ਤੁਸੀਂ ਰੋਕ ਦਿੱਤਾ ਵੀ ਖੜ ਜਾਓ, ਵੀ ਮੈਂ ਮਾਤਾ ਜੀ ਦਾ ਮੁੱਖ ਵੇਖਣਾ ਹੈ। ਤੁਸੀਂ ਮੁੱਖ ਵੇਖਿਆ, ਮੁੱਖ ਤੇ ਹੱਥ ਫੇਰਿਆ ਤੇ ਮਹਾਰਾਜ ਤੁਹਾਡੇ ਨੇਤਰਾਂ ਦੇ ਵਿੱਚ ਹੰਝੂ ਕਾਹਦੇ ਆ ਗਏ। ਦੇਖੋ ਜਿਹੜੀਆਂ ਮਾਵਾਂ ਹੁੰਦੀਆਂ ਨੇ, ਮਾਵਾਂ ਦੋ ਲਫ਼ਜ਼ਾਂ ਦਾ ਹੀ ਨਾਮ ਹੈ ਮਾਂ, ਪਰ ਕੁੱਲ ਕਾਇਨਾਤ ਦੇ ਪੈਰਾਂ ਦੇ ਚਰਨਾਂ ਤੇ ਝੁਕਦੀ ਹੈ ਵੀ ਮਾਂ ਇੱਕ ਰੱਬ ਦਾ ਹੀ ਨਾਮ। ਜਿਵੇਂ ਰੱਬ ਆਪਣੇ ਭਗਤ ਨੂੰ ਲਾਡ ਲਾਉਂਦਾ ਹੈ, ਉਵੇਂ ਮਾਂ ਆਪਣੇ ਪੁੱਤ ਨੂੰ ਲਾਡ ਲਾਉਂਦੀ ਹੈ। ਇੱਥੇ ਦੋ ਮਿੰਟ ਲੇਟ ਹੋ ਜਾਵੇ ਨਾ ਆਪਣਾ ਪੁੱਤ, ਆਪਦਾ ਪੁੱਤ, ਮਾਂ ਨੂੰ ਨੀਂਦ ਨਹੀਂ ਆਉਂਦੀ ਨਾ ਰੋਟੀ ਖਾਂਦੀ ਹੈ। ਆਪਾਂ ਸਾਰੇ ਧੀਆਂ ਪੁੱਤਰਾਂ ਨੇ ਆ ਮਾੜ ਦੀ ਸੱਟ ਲੱਗ ਜਾਵੇ ਨਾ ਕਿਤੇ, ਮਾੜ ਦੀ ਸੱਟ ਲੱਗ ਜਾਵੇ ਮਾਂ ਦੇ ਭਾਰ ਨੂੰ ਬਣ ਜਾਂਦੀ ਹੈ। ਦਿਲ ਬਾਹਰ ਘੁੰਮਣ ਲੱਗ ਜਾਂਦਾ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ, ਸਾਰੀ ਸੰਗਤ ਕਹਿੰਦੀ ਵੀ ਮਹਾਰਾਜ ਰੋਏ ਕਾਹਦੇ, ਗੁਰੂ ਹੋ ਕੇ ਤੁਹਾਡੇ ਅੱਖਾਂ ਚ ਹੰਝੂ, ਗੁਰੂ ਹੋ ਕੇ ਤੇ ਸਾਡਾ ਕੀ ਬਣੂ। ਮਹਾਰਾਜ ਤੁਸੀਂ ਕਹਿੰਦੇ ਰੋਣਾ ਨਹੀਂ ਚਾਹੀਦਾ, ਸਤਿਗੁਰੂ ਕਹਿੰਦੇ ਭਾਈ ਇਹ ਉਹ ਹੰਝੂ ਨਹੀਂ ਵੀ ਜਿਵੇਂ ਮੈਂ ਕਹਿ ਦੇਵਾਂ ਵੀ ਚਲੋ ਜਾਣਾ ਤਾਂ ਹੈ, ਸਭ ਨੇ ਜਾਣਾ ਹੈ, ਮਾਂ ਮੁਰਗੀ ਨੂੰ ਕੋਈ ਗੱਲ ਨਹੀਂ, ਸਭ ਨੇ ਅਸੀਂ ਕਿਹੜੇ ਇੱਥੇ ਬੈਠੇ ਰਹਿਣਾ, ਜਾਣਾ ਤਾਂ ਸਭ ਨੇ ਹੀ ਹੈ। ਫਿਰ ਉਹ ਮਾਂ ਨਹੀਂ ਸੀ, ਉਹਨੇ ਕਿੰਨੀ ਕਮਾਈ ਕੀਤੀ ਜ਼ਿੰਦਗੀ 'ਚ, ਜਿਵੇਂ ਹੁਣ ਮਾਤਾ ਸੁਰਜੀਤ ਕੌਰ ਨੇ ਆਪਣੇ ਬੱਚੇ ਪਾਲੇ, ਅਨੇਕਾਂ ਹੀ ਪਾਲੇ, ਸਭ ਨੂੰ ਪੜ੍ਹਾਇਆ ਲਿਖਾਇਆ। ਉਹ ਮਾਂ ਨਹੀਂ ਸੀ ਮੇਰੀ ਮਾਤਾ ਗੰਗਾ ਮਾਤਾ, ਉਹ ਸੀ ਮਾਂ ਜਿਹੜੀ ਮਾਂ ਨੇ ਮੇਰੀ ਖਾਤਰ ਤਪੱਸਿਆ ਕੀਤੀ। ਬਾਬਾ ਬੁੱਢਾ ਜੀ ਕੋਲੇ ਗਏ, ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਗਏ, ਉਹਨਾਂ ਨੇ ਵਰ ਦਿੱਤਾ ਮੇਰੀ ਖਾਤਰ ਕਿੰਨੀ ਤਪੱਸਿਆ ਕੀਤੀ। ਫਿਰ ਜਦੋਂ ਮਾਂ ਦੇ ਕੋਲੇ ਬਹਿਣਾ ਨਾ, ਮਾਂ ਨੇ ਹਮੇਸ਼ਾ ਕਹਿਣਾ ਹਰਗੋਬਿੰਦ ਸਤਿਗੁਰੂ ਤੈਨੂੰ ਭਗਤੀ ਬਖਸ਼ਣ। ਜਦੋਂ ਮਾਂ ਦੇ ਗੋਦ ਦੇ ਵਿੱਚ ਜਾ ਕੇ ਬਹਿਣਾ ਨਾ, ਮਾਂ ਨੇ ਇਹ ਗੱਲ ਆਖੀ ਹਰਗੋਬਿੰਦ ਸਤਿਗੁਰੂ ਤੈਨੂੰ ਭਗਤੀ ਬਖਸ਼ਣ, ਸਤਿਗੁਰੂ ਤੈਨੂੰ ਨਾਮ ਬਖਸ਼ਣ। ਮਾਤਾ ਮੈਨੂੰ ਅਸੀਸਾਂ ਦੇਈ ਜਾਂਦੀ ਸੀ ਤੇ ਮੈਂ ਅਸੀਸਾਂ ਦੇਈ ਜਾਂਦਾ ਸੀ, ਅੱਜ ਮੈਨੂੰ ਉਹ ਮੁੜ ਕੇ ਮਾਂ ਨਹੀਂ ਮਿਲਦੀ, ਮੈਂ ਰੋਇਆ ਤਾਂ ਮਾਂ ਮੈਂ ਉਹਦੇ ਚੰਗੇ ਗੁਣਾਂ ਨੂੰ ਯਾਦ ਕਰਕੇ ਰੋਇਆ, ਚੰਗੇ ਸੁਭਾਅ ਨੂੰ ਯਾਦ ਕਰਕੇ ਰੋਇਆ। ਅੱਜ ਜਦੋਂ ਮਾਤਾ ਸੁਰਜੀਤ ਕੌਰ ਦਾ ਸਿੱਧਾ ਸੰਸਕਾਰ ਕੀਤਾ, ਉਦੋਂ ਵੀ ਸਰਦਾਰ ਰਾਜਾ ਸਿੰਘ ਜੀ ਉਹਨਾਂ ਨੇ ਗੁੱਡੀ ਲਾਈ, ਉਧਰ ਵੀ ਕੀਰਤਨ ਕਰਕੇ ਗਏ, ਪਰ ਇਹਨਾਂ ਕਾਠਾਂ ਮਾਰਦਾ ਹੈ ਕੱਠ, ਇਹ ਦੱਸਦਾ ਹੈ ਵੀ ਉਹਨਾਂ ਦੀ ਕਮਾਈ ਕਿੰਨੀ ਸੀ। ਉਹ ਹਿਰਦੇ ਵਿੱਚ, ਉਹ ਆਪਣੇ ਦਿਲ ਵਿੱਚ ਪਤਾ ਨਹੀਂ ਕਿੰਨਾ ਕੁ ਸੰਜੋਈ ਬੈਠੇ ਸੀ, ਉਹਨਾਂ ਨੇ ਆਪਣੀਆਂ ਕਿੰਨੀਆਂ ਕਰੀਜਾਂ ਮਾਰੀਆਂ ਹੋਣਗੀਆਂ ਇੰਨਾ ਕੰਮ ਕਰਨਾ। ਤੇ ਰਹਿ ਜੀ ਜਿੰਨਾ ਚਿਰ ਰਹੇ ਨੇ ਕਿਸੇ ਚੀਜ਼ ਦੀ ਤੋੜ ਨਹੀਂ ਆਉਣ ਦਿੱਤੀ। 50 ਜੀਆਂ ਦਾ ਪਰਿਵਾਰ ਹੈ, 50 ਜੀਆਂ ਦਾ ਇਹ ਉਹਦੀ ਬਖਸ਼ਣ ਤੋਂ ਬਿਨਾਂ ਨਹੀਂ ਸੰਭਾਲਿਆ ਜਾਂਦਾ, ਪਰ ਉਹ ਸੰਭਾਲੀ ਬੈਠੀ ਸੀ, ਸਭ ਨੂੰ ਉਂਗਲ ਲੈਂਦੀ ਸੀ ਆਪਣੀ, ਸਭ ਨੂੰ ਆਪਣੇ ਪੁੱਤਾਂ ਦੇ ਗੋਦਰੇ ਸਮਝਿਆ। ਜਦੋਂ ਉਹ ਚਲੇ ਗਈ ਫਿਰ ਉਹ ਗੱਲ ਬੋਲੀ ਹੈ ਫਰੀਦਾ ਕਿੱਥੇ ਤੈਨੂੰ ਮਾਪਿਆਂ ਜਿਹਦੀ ਤੂੰ ਜਣੇ ਹੋਏ, ਤੈਨ ਵਾਸਤੇ ਹੋਏ ਲੱਗ ਗਏ
ਫਿਰ ਉਹ ਮਾਂ ਨਹੀਂ ਮਿਲਣੀ ਜਿਵੇਂ ਜਾਣ ਕੇ ਉਹਦੇ ਪੈਰਾਂ ਨੂੰ ਡਿੱਗ ਜਾਂਦੇ ਸੀ ਨਾ ਮਾਂ, ਅੱਜ ਉਹ ਮਾਂ ਨਹੀਂ ਮਿਲਣੀ। ਬਾਬਾ ਫਰੀਦ ਜੀ ਕਹਿੰਦੇ ਮੈਂ ਕਿੱਥੋਂ ਲੱਭੂ ਉਹ ਮਾਂ, ਕਿੱਥੇ ਗਏ ਉਹ ਮਾਪੇ, ਧੀਆਂ ਨੂੰ ਮਾਂ ਨਹੀਂ ਮਿਲਣੀ, ਕਿੱਥੇ ਗਏ ਉਹ ਮਾਪੇ। ਗੋਪਾਲ ਕਿਸੇ ਪੰਡਤ ਦਾ ਨਾਮ ਨਹੀਂ, ਕੇਸ਼ਵ ਗੋਪਾਲ ਇੱਕੋ ਪੰਡਤ
ਤੁਸੀਂ ਫਸਦੇ ਹੋ। ਸਤਿਗੁਰੂ ਕਹਿੰਦੇ ਨਹੀਂ ਭਾਈ, ਕੇਸੂ ਦਾ ਅਰਥ ਬਣਦਾ ਹੈ ਪਰਮੇਸ਼ਰ। ਜਿਵੇਂ ਪੰਕਤੀ ਆਉਂਦੀ ਹੈ ਨਾ, ਕੇਸੂ ਕੇਸੂ ਮੁਕੀ ਹੈ ਨਾਮ ਸੁਣੀ ਹੈ ਅਸਾਰ। ਇੱਥੇ ਕੇਸੂ ਫਤਿਹਾਂ ਨੇ ਪਰਮੇਸ਼ਰ ਨੂੰ ਕਿਹਾ, ਉੱਪਰ ਨੂੰ ਮਾਰ ਕੇ ਨੇਜਾ ਕਰ ਲਿਆ।
ਕਰਿਆ ਕਰਨ ਉਹ ਨੇਕੇ ਦੇ ਬੱਚੇ ਦੀਆਂ ਆਂਦਰਾਂ ਬਾਹਰ ਆ ਜਾਂਦੀਆਂ ਸੀ, ਉਹ ਲਹੂ ਲੁਭਾਣ ਹੋ ਕੇ ਜਿਹੜੀਆਂ ਲਹੂ ਦੀਆਂ ਤਤੀਰੀਆਂ ਵੱਜਦੀਆਂ ਸੀ ਉਹ ਆ ਕੇ ਮਾਮਾ ਤੇ ਪੈਂਦੀਆਂ ਸੀ, ਉਹ ਆ ਕੇ ਮਾਮਾ ਤੇ ਪੈਂਦੀਆਂ ਸੀ। ਜਦੋਂ ਲਹੂ ਲੁਭਾਣ ਆ ਕੇ ਮਾਤਾ ਤੇ ਪਿਆਰ ਕਰੇ ਉਮੀਦ ਮੰਨੂ ਕਹੇ ਵੀ ਹੁਣ ਮੰਨਣਗੀਆਂ, ਹੁਣ ਮੰਨਣਗੀਆਂ। ਪਰ ਉਹ ਮਾਤਾ ਨਾਲ ਫਿਰ ਵੀ ਕਹਿੰਦੀਆਂ ਸੀ, ਹੇ ਕਲਕੀ ਧਰਤ ਦਾ ਤੇਰਾ ਲੱਖ ਲੱਖ ਸ਼ੁਕਰ ਹੈ। ਮੀਰ ਮੰਨੂ ਹੈਰਾਨ ਰਹਿ ਗਿਆ, ਲੈਂਕ ਦਾ ਕਿਹੜਾ ਮੀਰ ਮੰਨੂ ਹੈਰਾਨ ਰਹਿ ਗਿਆ, ਉਹਦੇ ਜਲਾਲ ਵੀ ਹੈਰਾਨ ਰਹਿ ਗਏ। ਬੀਬੀਆਂ ਕਹਿੰਦੀਆਂ ਸੀ ਮੀਰ ਤੇ ਨੇਜੀ ਦੇ ਸਿੰਘਾਂ ਦੇ ਸੀਸ ਟੰਗੇ ਹੋਏ ਨੇ।
ਤੇ ਨਾਰੇ ਲਾਉਂਦੇ ਜਾਂਦੇ ਨੇ, ਕਹਿੰਦੇ ਇਹ ਨਹੀਂ ਰਾਜ ਕਰੇਗਾ ਖਾਲਸਾ, ਨਹੀਂ ਕਹਿੰਦੇ ਜਾਤ ਕਰੇਗਾ ਖਾਲਸਾ, ਕਹਿੰਦੇ ਹੁਣ ਨਹੀਂ ਰਾਜ ਕਰਦੇ, ਹੁਣ ਅਸੀਂ ਸਾਰੇ ਸਿੱਖ ਮਾਰ ਮੁਕਾਦੇ, ਅੱਧਿਆਂ ਨੂੰ ਕੈਦ ਕਰਕੇ ਲੈ ਕੇ ਜਾ ਰਹੇ ਹਾਂ। ਕਹਿੰਦੇ ਜਦੋਂ ਦਿੱਲੀ ਪਹੁੰਚਿਆ ਨਾ ਆਬਦਲ ਸਮੁੰਦ ਖਾਂ, ਆਬਦਲ ਸਮੁੰਦ ਖਾਂ ਜਦੋਂ ਪਹੁੰਚਿਆ ਨਾ ਦਿੱਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਲ ਲੈ ਕੇ, ਨਾਲੇ ਸਿੰਘ ਕੈਦ ਨੇ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰਦਾ ਸੀ ਨਾ, ਜਦੋਂ ਕਹਿੰਦੇ ਪਿੰਜਰਾ ਲਾਇਆ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ, ਇੰਨਾ ਮੋਹ ਸੀ, ਇੰਨਾ ਜਲਾਲ ਸੀ ਚਿਹਰੇ ਤੇ ਵੀ ਉਹਨੂੰ ਦੇਖ ਕੇ ਉਹ ਪਿੰਜਰੇ ਦੇ ਵਿੱਚ ਸੀ, ਨਾਲੇ ਤਾਂ ਵੀ ਉਹਨੂੰ ਡਰਦੇ ਸੀ ਸਾਰੇ ਜਣੇ, ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਚੱਕਰ ਚਿਹਨ ਵਰਨ ਜਾਤ ਔਰ ਪਾਤ ਲਹਿ, ਉਹਦਾ ਜਿਹੜਾ ਰੂਪ ਰੰਗ ਹੈ ਨਾ ਭਜਨ ਕਰਨ ਵਾਲੇ ਦਾ ਉਹ ਬਦਲ ਜਾਂਦਾ ਹੈ, ਜਦੋਂ ਜਦੋਂ ਭਜਨ ਭਜਨ ਵਧੀ ਜਾਂਦਾ ਹੈ ਤੇ ਆਪ ਇਹਦੇ ਤੇ ਰੰਗ ਜਲਾਲ ਚੜੀ ਜਾਂਦਾ ਹੈ, ਲਾਲ ਰੰਗ ਕਿਸ ਕੋ ਲੰਗਾ ਜਿਸ ਕੇ ਖੜਪਾ, ਫਿਰ ਮੈਲਾ ਕਦੇ ਨਾ ਹੋ ਗਈ ਨਹਿ ਲਾ ਕੇ ਜਾਗਾ, ਫਿਰ ਉਹਦਾ ਜਿਹੜਾ ਤੇਰੇ ਦਾ ਜਲਾਲ ਹੈ ਨਾ ਉਹ ਮੈਲਾ ਨਹੀਂ ਹੁੰਦਾ, ਉਹਨੂੰ ਦਾਗ ਨਹੀਂ ਲੱਗਦਾ, ਉਹਦਾ ਤੇਜ ਝੱਲਿਆ ਨਾ ਜਾਵੇ, ਉਹਦਾ ਤੇਜ ਫਿਰ ਝੱਲਿਆ ਨਹੀਂ ਜਾਂਦਾ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਹੈ ਕਿਧਰੇ ਚ ਪਰ ਸਾਰੇ ਡਰਦੇ, ਕੋਈ ਨੇੜੇ ਨਹੀਂ ਕਰਦਾ, ਉਹਦਾ ਤੇਜ ਝੱਲਿਆ ਨਾ ਜਾਵੇ, ਜਿਹੜੀ ਤੇ ਤੁਹਾਨੂੰ
Keep
Yeah.
ਪੁੱਤਰ 2 ਮਹੀਨੇ ਹੋਇਆ ਤੇਰੇ ਵਿਆਹ ਹੋਏ ਨੂੰ ਉਹਨੇ ਤਾਂ ਚੱਜ ਨਾਲ ਦੇ ਸ਼ਗਨ ਵੀ ਨਹੀਂ ਕੀਤੇ ਤੇ ਕੁੰਮ ਨੂੰ ਛੱਡ ਕੇ ਸ਼ਹੀਦੀ ਪਾਉਣ ਲੱਗਿਆ ਉਹ ਬੱਚਾ ਕਹਿੰਦਾ ਮਾਤਾ ਤੂੰ 2 ਮਹੀਨਿਆਂ ਤੋਂ ਰੋਂਦੀ ਹੈ ਇੱਥੇ ਜਿਨ੍ਹਾਂ ਦੇ 2-2 ਦਿਨ ਹੋਏ ਸੀ ਵਿਆਹ ਹੋਏ ਨੂੰ 3-3 ਦਿਨ 10 ਦਿਨ ਹੋਏ ਸੀ ਉਹ ਵੀ ਵਿੱਚੇ ਨਹੀਂ ਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਫੜਿਆ ਹੋਇਆ ਹੈ ਮਾਤਾ ਮੈਂ ਸਿੱਖੀ ਨਹੀਂ ਛੱਡ ਸਕਦਾ ਤੂੰ ਅਰਦਾਸ ਕਰ ਵੀ ਮੇਰੀ ਕਲਗੀਆਂ ਅੱਜ ਨਾਲ ਨਿਭ ਜਾਵੇ ਪਰੋਫੀਅਲ ਖਾਨ ਹੈਰਾਨ ਸੀ ਵੀ ਸਾਹਮਣੇ ਮਾਂ ਖੜੀ ਹੈ ਇੱਕੋ ਇੱਕ ਪੋਤੇ ਜਿਹਨੇ ਪਾਲਿਆ ਹੈ ਤੇ ਉਹਦੀ ਵੀ ਨਹੀਂ ਮੰਨਦਾ ਉਹ ਤੋਂ ਵੀ ਰੋਂਦਾ ਆਪਣੀ ਮਾਂ ਦੇ ਕਿ ਵੀ ਰੋਂਦਾ ਆਪਦਾ ਸੁਣ ਕੇ ਕਹਿੰਦਾ ਇਹਨਾਂ ਨੇ ਬੋਲਣਾ ਨਹੀਂ ਇਹ ਵੀ ਟੋਲਦੇ ਪਤਾ ਨਹੀਂ ਇਹਨਾਂ ਨੂੰ ਕੀ ਪਿਆ ਕਰ ਇਹ ਵੀ ਟੋਲਦੇ ਉਹ ਤੇਰੇ ਸਿੱਖ ਸਿੱਖ ਕੋਲੀ ਟੋਲਦੇ ਤੇ ਧਰਤੀ ਦੇ ਸ਼ਕਤ ਪੰਜ ਸਿੰਘ ਦਿੱਤੇ ਸੀ ਪੰਜ ਤੀਰ ਦਿੱਤੇ ਸੀ
थापड़ा देके भेजिया सी हजूर साहब ओ डोर किवें गिरू गल नहीं लगता थापड़ा नजरे ओ कितों डोर ये सब गल्लां मेरे खास ने भी डोर गया सी गुरु बन के बह गया विआह करा लिया पर नहीं साडे गुरु दा कहिंदे ने भाई सगल रिश्त मैं रिश्त मरना सतगुरु तो कहते ने भाई विआह करा विआह करवाना जरूरी है डोलिया डालिया किसी कोई भी क्योंकि गुरु लोग कहन लग पे कहन भी क्यों लग पे क्योंकि बाबा बंदा सिंह बहादुर के शक्तियां बहुत सी शक्तियों का मालिक सी नंबर दो तकड़ा बहुत सी उतो जादव थर थर कंब रहे थे उतो डरदिया ने पापिया ने सलवारा छुपा दी सी इन्ना डर पै गया सी डोलिया नहीं सी जा रहे हो इस करके कहने भाणा मनना बहुत औखा है आप कह दें बाबा सुखीत कौर जी को रहना आता भी नहीं उन्होंने बेटे जो सतगुरु की कृपा के नाम स्वर्गवासी सरदार बलदेव सिंह स्वर्गवासी सरदार भुपिंदर सिंह बिंदा पुत्र जोगिंदर सिंह वो भी मलिका के लिए मकर सिंह सकर सिंह अवतार सिंह सुखदेव सिंह बेटी स्वर्गजीत कौर ते बेटी शांतजीत कौर एक कनेडा के लिए बाकी सारे मलिका के लिए पर परिवार सतगुरु की कृपा के नाल सारा सेट है पुत्र उन्होंने सेट के सारे कृपा भी है सारे पर मां मुक्ति मिलनी मां तो हमारे होती है ना मां तो बिना लाड़ कोई नहीं लड़ाता जिनकी मर्जी अपन को दे दिया ना देख भी है ना मेरी बैठी है मर्जी में वो तो ही पैर बहुत होता पर सेवा भी परिवार की नहीं कीती भी एक रात समझ की सेवा की सारे हैं आजकल कोई उन्हें दूर नहीं बोलिया ना वो कभी उन्हें कभी किसी ने तोड़ा बोले सारी क्योंकि बेलियां मामा होंदिया ने अज आप देख रहे हैं घर के किनिया लड़ाइया ने पर इतने कोई है नहीं सी जवाइया इन्ना प्यार से सारे मेरा सब इको ही गल गल वेखे है चाहे मेरे पुत ने चाहे मेरी नुआ ने चाहे मेरे पोतरे ने पर पोतरिया को हम दादी नहीं मिलती मां तो माए होंगी है एक बार ना साढ़े पिंड नाल दे घरे वो कले कला मुंडा सी दोनों मां पुत रहते सीगे हुण जिहड़ा कला ही पुत हो गए कली वो मां हो गए मां ने बड़े लाडा दे नाल पा लिया उहदा प्यो भी पढ़ाई कर गया सीगा सर्दियां दे दिन ते उहदी मां पढ़ाई कर गई जो मां पढ़ाई करी ना हुण शाम तक सारे रहते हैं चलो दुख दुख का प्रगटाव करने वास्ते ना रात को कौन बहला होता रात को सारे अपने घर चले जाते हैं जब रात के नौ को बजे ना सर्दियों का समय सर्दियों के दिन मैं अपनी माँ को कहा मगर अभी माता पर रह गई भी नौ बज के कुछ था कि रोटी खाती नहीं खाती फिर रोटी को दे गया नहीं दे गया कपड़ा लिया उपर ना कोई खेस ना कोई कंबल है अपने बैठा मेरी मां ने पता की गल कही मेरी मां कहती पुत्र कहती हम मां दे रही जिन्हें उपर कंबल देना सी जिन्हें रोटी खुवानी सी वो अज मां नहीं रही मां हो गई ते अज इह घर कट्ठे उगने सन उगने लगा इहनू किसे रोटी भी नहीं पुछी इस करके मां तों बिना अधूरा ही है मां तां माए हुंदी है इस करके प्यारिओ मां दा कर भी हो नहीं हो सकदा कोई कवि कहिंदा Mother, God, can you tell my mother?
I'm not
देव के यहाँ जट कीता कदम प्यारिया सजाया
ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਸਮੋਗਰ ਧਾਮਾਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾ ਮੁਰਗਾ ਸਦਕਾ ਸਰਨ ਸੁਖ ਵੈ ਜਾਣ ਜਾਣ ਖਾਲਸਾ ਜੀ ਸਾਹਿਬ ਤਾਂ ਤਾਂ ਰਸਿਆ ਰਹਿ ਦੇਖਿਕ ਪਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਾਰੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਿਸਾਹਾ ਦਾਨ ਪੁਰਸਾ ਦਾਨ ਨਾਮ ਦਾਨ ਨਾਨਾ ਸਿਰ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੋਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਦਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਉਂਦਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜਿਹਾ ਜੀ ਦੀ ਲਿਖਿਆ ਜਿਹਾ ਹੁਕਮ ਕਮਾਨੇ ਘਰੇ ਆਪ ਨਾਨਕਾ ਸਦੇ ਉੱਠੀ ਨਾਰੇ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਆਪ ਜੀ ਦਾ ਭਾਣਾ ਮੰਨਦੇ ਹੋਏ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾਪ ਰਾਜੇ ਦੇ ਸੋ ਪਿੱਛੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਉੱਡ ਆਸਰਾ ਲਿਆ ਗਿਆ ਕਈ ਦਿਨਾਂ ਤੋਂ ਲੈ ਕੇ ਮਾਤਾ ਜੀ ਦੀ ਆਤਮਕ ਸ਼ਾਂਤੀ ਲਈ ਪਾਤਸ਼ਾਹ ਜੀ ਉਹ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਸਨ ਸੋ ਆਪ ਜੀ ਦੀ ਮਿਹਰ ਸਦਕਾ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਗ੍ਰਹਿ ਵਿਖੇ ਭੋਗ ਪਾਏ ਸਮਾਪਤੀ ਹੋਈ ਉਪਰੰਤ ਅੰਤਮ ਅਰਦਾਸ ਮੁੱਖ ਭਾਵ ਰੱਖਦੇ ਹੋਏ ਗੁਰੂ ਘਰ ਵਿਖੇ ਖੁੱਲ੍ਹੇ ਦੀਵਾਨ ਸਜਾਏ ਗਏ ਨੇ ਜਿਸ ਵਿੱਚ ਹਰ ਜਸ ਕੀਰਤਨ ਹੋਇਆ ਇਤਿਹਾਸਕ ਵਿਚਾਰਾਂ ਹੋਈਆਂ ਪਾਤਸ਼ਾਹ ਜੀਓ ਆਪ ਜੀ ਦੀ ਗੁਰਬਾਣੀ ਦੇ ਪਾਠ ਕਰਦਿਆਂ ਪਰਿਵਾਰ ਵੱਲੋਂ ਸੇਵਾ ਕਰਦਿਆਂ ਸਤਿਗੁਰੂ ਜੀ ਐਸ ਪਲਕ ਹਰ ਜਸ ਕੀਰਤਨ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਕਿਵਾਂ ਕਰਨੀ ਜੀ ਬੜੀ ਸੋਹਣੀ ਗੁਰਬਾਣੀ ਕੀਤੀ ਹੋਈ ਸੰਗਤਾਂ ਦੀ ਸੇਵਾ ਸੱਚਖੰਡ ਵਿਖੇ ਪ੍ਰਵਾਨ ਕਰਨੀ ਬੜੀ ਸੋਹਣੀ ਗੁਰਬਾਣੀ ਸੇਵਾ ਦਾ ਪ੍ਰਭਾਵ ਮਾਤਾ ਸੁਰਜੀਤ ਕੌਰ ਜੀ ਉਹਨਾਂ ਦੀ ਆਤਮਾ ਨੂੰ ਬਖਸ਼ਣਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਦਰੋ ਘਰੋ ਨਾਮ ਦਾਨ ਬਖਸ਼ਣਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰ ਦੇ ਸਿਰ ਤੇ ਮੇਹਰ ਭਰੇ ਹੱਥ ਰੱਖਣੇ ਚੜ੍ਹਦੀਆਂ ਕਲਾਂ ਦੇ ਜੀਵਨ ਬਖਸ਼ਣੇ ਸਤਿਗੁਰੂ ਜੀ ਉਹ ਸੋ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਐਸ ਵਕਤ ਕੜਾਹ ਪ੍ਰਸ਼ਾਦ ਦੇ ਡੇਗੇ ਸਜਾ ਕੇ ਹਾਜ਼ਰ ਕਰੀ ਨੇ ਆਪ ਦਰਬਰ ਨਾਨਕ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੋ ਜੀ ਸਕੇ ਸਤਨਾਮ ਵਾਹਿਗੁਰੂ ਜਪੇ ਆਪ ਜੀ ਦੇ ਹਜ਼ੂਰ ਜੋ ਵੀ ਮਾਈ ਭਾਈ ਸਰਬੱਤ ਸੰਗਤਾਂ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਲਾਓ ਤਿਲ ਪੁੱਲ ਪਿਠਾਵਾਂ ਦਰ ਪ੍ਰਵਾਨ ਕਰਨੀਆਂ ਸੰਗਤਾਂ ਦੇ ਖਜ਼ਾਨੇ ਭਰਪੂਰ ਕਰਨੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਐਸ ਵਕਤ ਆਪ ਜੀ ਦੇ ਅਲਾਰੀ ਪਵਿੱਤਰ ਹੁਕਮਨਾਮੇ ਬਖਸ਼ੋ ਜੀ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮੇਰਾ ਨਾਮ ਚਿਤਾਵੇ ਨਾਨਕ ਨਾਮ
ਸੱਚੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚੈ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੁਵਾਰ ਹੋਏ ਸਭ ਮਿਲੇਗੇ ਵਚ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਨਾ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਨਾ ਬੋਲੇ Oh.
ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜੀ ਨੇ ਲਿਖਿਆ ਤੇਰਾ ਹੁਕਮ ਕਮਾਹੀ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਜੋ ਆਪਣੇ ਸੋ ਪਿੰਡ ਸਹਿ ਪਰਵਾਦ ਕੇ ਕਾਲ। ਬਹੁਤ ਹੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਤਰਨ ਤਤਰੀ ਸਰਦਾਰ ਅਮਰ ਸਿੰਘ ਦੇਵ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਦੇ ਹੋਏ ਉਸ ਵਾਹਿਗੁਰੂ ਪਰਮੇਸ਼ਵਰ ਜੀ ਦੇ ਚਰਨਾਂ ਵਿੱਚ ਜਾਗਦਾ ਜੇ ਸਨ ਉਸੇ ਪਰਿਵਾਰ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਉਹ ਆਸਰਾ ਲਿਆ ਗਿਆ। ਮਾਤਾ ਸੁਰਜੀਤ ਕੌਰ ਜੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ ਦਰਸੰਗੀ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਸਨ। ਸੋ ਜਿਹਨਾਂ ਦੇ ਅੰਮ੍ਰਿਤ ਵੇਲੇ ਗ੍ਰਹਿ ਵਿਖੇ ਭੋਗ ਪਾਏ ਗਏ ਉਸ ਤੋਂ ਉਪਰੰਤ ਗੁਰੂ ਘਰ ਵਿਖੇ ਅੰਤਮ ਅਰਦਾਸ ਨੂੰ ਮੁੱਖ ਰੱਖਦੇ ਹੋਏ ਹਰ ਜਸ ਗੁਰਬਾਣੀ ਦੀ ਕੀਰਤਨ ਹੋਈ ਨੇ ਵਿਚਾਰਾਂ ਹੋਈਆਂ ਅੰਤਮ ਅਰਦਾਸ ਹੋਈ ਹੈ। ਸੋ ਆਪ ਭਾਈ ਸਰਬੱਤ ਗੁਰੂ ਕੀ ਸੰਗਤ ਮਾਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹੋ। ਸੋ ਹੁਣ ਬੇਨਤੀ ਹੈ ਪਰਿਵਾਰ ਵੱਲੋਂ ਜੋ ਸਾਡੇ ਸਤਿਕਾਰਯੋਗ ਗਿਆਨੀ ਰਤਨ ਸਿੰਘ ਜੀ ਖਾਲਸਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਬਾਕੀ ਜਿਹੜਾ ਅਗਲਾ ਪ੍ਰੋਗਰਾਮ ਆ ਉਹਨਾਂ ਨੂੰ ਅਸੀਂ ਸਰਵਣ ਕਰਾਂਗੇ ਜੀ। ਗਿਆਨੀ ਲਹਿਬਰ ਸਿੰਘ ਜੀ ਖਾਲਸਾ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਉੱਪਰ ਆ ਕੇ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਆ ਜਿਹੜੇ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚਵਨ ਸ਼ਤਕ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਰਹਿਤ ਮਾਣਦੇ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰ ਵਾਲਾ ਸੰਗਤਾਂ ਇਲਾਕੇ ਭਰ ਤੋਂ ਆਈਆਂ ਮਹਾਨ ਸ਼ਖਸੀਅਤਾਂ ਇਲਾਕੇ ਭਰ ਦੇ ਪੰਚ ਸਰਪੰਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਮੈਂਬਰ ਸਹਿਬਾਨ ਅਤੇ ਬਹੁਤ ਹੀ ਰੱਬੀ ਰੂਹਾਂ ਜੋ ਅੱਜ ਮਾਤਾ ਸੁਰਜੀਤ ਕੌਰ ਜੀ ਦੀ ਅੰਤਮ ਰਸਮਾਂ ਦੀ ਅਰਦਾਸ ਦੇ ਵਿੱਚ ਤੁਸੀਂ ਪਹੁੰਚੇ ਹੋ। ਕੀਰਤਨ ਹੋਇਆ, ਗੁਰੂ ਦਾ ਹੁਕਮਨਾਮਾ ਆਇਆ, ਹੁਕਮ ਆਇਆ ਗੁਰੂ ਦਾ। ਆਪਣੇ ਮਨਾਂ ਨੂੰ ਸੰਕੋਚਦਿਆਂ ਹੋਇਆ, ਅੰਦਰਲੇ ਬਲਬਲਿਆਂ ਨੂੰ ਸੰਕੋਚਦਿਆਂ ਹੋਇਆ ਸਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਨਤਮਸਤਕ ਹੋਈਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਦੇ ਨਾਲ ਸਾਂਝ ਪਾਈਏ, ਉਹਨਾਂ ਬੋਲਾਂ ਨਾਲ ਸਾਂਝ ਪਾਈਏ ਜਿਹੜੇ ਬੋਲ ਸਾਨੂੰ ਪਰਮਾਤਮਾ ਦੇ ਘਰ ਦੇ ਤੱਕ ਲੈ ਕੇ ਜਾਂਦੇ ਹੈ, ਜਿਹੜੇ ਬੋਲ ਸਾਨੂੰ ਸਾਰਤਾ ਬਖਸ਼ਦੇ ਹੈ, ਜਿਹੜੇ ਬੋਲ ਸਾਡੇ ਮਨ ਦੇ ਵਿੱਚ ਠੰਡ ਪੈਦਾ ਕਰਦੇ ਹੈ। ਕੋਈ ਰਸਨਾ ਬਾਜੀ ਨਾ ਰਹੇ, ਆਖੋ ਕਰਕੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਦੁਨੀਆਂ ਦੀ ਕੋਈ ਵੀ ਚੀਜ਼ ਪੈਦਾ ਹੋਈ ਹੈ, ਚਾਹੇ ਉਹ ਬਨਸਪਤੀ ਦੇ ਰੂਪ ਦੇ ਵਿੱਚ ਆਈ ਹੈ ਜਾਂ ਉਹ ਕੀੜਿਆਂ ਮਕੌੜਿਆਂ ਦੇ ਰੂਪ ਦੇ ਵਿੱਚ ਆਈ ਹੈ, ਚਾਹੇ ਉੱਤਮ ਪ੍ਰਾਣੀ ਮਨੁੱਖਤਾ ਦੇ ਰੂਪ ਦੇ ਵਿੱਚ ਇਸ ਸੰਸਾਰ
ਵਾਸਤੇ ਜਿਸਨੇ ਵੀ ਜਨਮ ਲਿਆ ਹਰ ਇੱਕ ਨੇ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲਿਆ। ਵਿਦਵਾਨਾਂ ਦੇ ਵਿਚਾਰ ਹੈ, ਗ੍ਰੰਥਾਂ ਦੀਆਂ ਕਥਾ ਕਹਾਣੀਆਂ, ਰਿਸ਼ੀਆਂ ਮੁਨੀਆਂ ਦੀਆਂ ਲਿਖੀਆਂ ਹੋਈਆਂ ਲਿਖਤਾਂ, ਉਹਨਾਂ ਦੇ ਵਿਚਾਰ, ਉਹਨਾਂ ਦੇ ਅੰਦਰ ਦੇ ਬਲਬਲੇ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਅੰਤਸ਼ਿਕ ਤੱਕ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ ਹੈ। ਮਾਂ ਮੰਦਰ ਹੈ, ਮਾਂ ਮਮਤਾ ਦੀ ਮੂਰਤ ਹੈ, ਮਾਂ ਮਸਜਿਦ ਹੈ, ਮਾਂ ਮਾਣ ਹੈ, ਮਾਂ ਉਹ ਕੁਦਰਤ ਦਾ ਇੱਕ ਨਿਆਰਾ ਰੂਪ ਹੈ ਜਿਸ ਨੇ ਸਮਾਜ ਨੂੰ ਸਿਰਜਣਾ, ਜਿਸ ਨੇ ਸਮਾਜ ਨੂੰ ਘੜਨਾ, ਜਿਸ ਨੇ ਆਇਸ ਸਮਾਜ ਦੀ ਵਰਤਨ ਨੂੰ ਇੰਨਾ ਵਧੀਆ ਸੋਹਣਾ ਬਣਾਉਣਾ, ਇਹ ਮਾਂ ਦੇ ਹਿੱਸੇ ਹੈ। ਤੇ ਸਾਡੇ ਮਹਾਨ ਮਾਤਾ ਮਾਤਾ ਸੁਰਜੀਤ ਕੌਰ ਦੀ ਜਿਹੜੀ ਸ਼ਖਸੀਅਤ ਹੈ, ਜਿਹੜੀ ਇਹਨਾਂ ਦੀ ਦਿੱਖ ਹੈ, ਜਿਹੜੀ ਇਹਨਾਂ ਦੀ ਪ੍ਰਭਾਵਸ਼ਾਲੀ ਹੈ, ਜਿਹੜੇ ਇਹਨਾਂ ਦੇ ਵਿਚਾਰ ਹੈ, ਉਹ ਬੜੇ ਨੇਕ ਹੈ। ਭਾਵੇਂ ਇਹਨਾਂ ਨੇ 90 ਸਾਲ ਦੀ ਉਮਰ ਤੋਂ ਉੱਪਰਲੀ ਉਮਰ ਹੈ ਜਿਹੜੀ ਉਹ ਬਿਤਾਈ ਹੈ, ਚਾਹੇ ਲੰਬੇ ਹੋਊਗਾ, ਚਲੋ ਕਿਹੜਾ ਤਰੀਕ ਭੰਗ ਦਾ ਸੀ ਉਦੋਂ ਜਦੋਂ ਸਾਡੇ ਨਾਲ ਬਜ਼ੁਰਗਾਂ ਦਾ ਜਨਮ ਹੋਇਆ। ਅਤੇ ਮੈਂ ਅਕਸਰ ਹੀ ਕਹਿੰਦਾ ਹੁੰਦਾ, ਇੱਕ ਮਹਾਨ ਸਦੀ ਦੇ ਬਜ਼ੁਰਗ ਅੱਜ ਸਾਡੇ ਕੋਲੋਂ ਜਾ ਰਹੇ ਹੈ, ਇੱਕ ਨਹੀਂ ਤੇ ਬਹੁਤ ਕੁਛ ਸਾਡੇ ਕੋਲੋਂ ਲਿਜਾ ਰਹੇ ਹੈ। ਇਹ ਉਹ ਮਮਤਾ ਲਿਜਾ ਰਹੇ ਹੈ, ਉਹ ਮੋਹ ਲਿਜਾ ਰਹੇ ਹੈ, ਉਹ ਪਿਆਰ ਲਿਜਾ ਰਹੇ ਹੈ, ਉਹ ਸਦਕ ਦਿਲੀ ਦੇ ਫਿਰਕ ਲਿਜਾ ਰਹੇ ਹੈ, ਜਿਹੜੀ ਅੱਜ ਸਾਡੇ ਵਿੱਚ ਦੇਖਣ ਨੂੰ ਬਹੁਤ ਕਮੀ ਹੈ। ਸਾਡੀ ਇਸ ਮਹਾਨ ਮਾਂ ਦਾ ਜਿਵੇਂ ਜ਼ਿਕਰ ਸ਼ਬਦਾਂ ਵਿੱਚ ਕਰਨ ਲੱਗਾ ਤੇ ਬੜਾ ਸਮਾਂ ਲੱਗ ਜੂਗਾ, ਬੜੇ ਬੁਲਾਰੇ ਆਏ ਹੈ, ਪਰ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆਂ ਸਾਰੇ ਬੁਲਾਰੇ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ। ਸਿਰਫ 2 ਮਿੰਟ ਮੈਂ ਅੱਜ ਦਾ ਜਿਹੜਾ ਕੀਮਤੀ ਸਮਾਂ ਜਿਹੜਾ ਉਹ ਲੈਣਾ ਹੈ, ਕਿਉਂਕਿ ਮਾਤਾ ਜੀ ਨੇ ਭਾਵਾਂ ਆਪਣੇ ਜਿੱਥੇ 5 ਪੁੱਤਰਾਂ ਨੂੰ ਪੜ੍ਹਾਇਆ ਲਿਖਾਇਆ, ਵਿਦੇਸ਼ਾਂ ਵਿੱਚ ਹੋਇਆ ਹੈ, ਆਪਣੇ ਨਾਲ ਧੀਆਂ ਨੂੰ ਚੰਗੀ ਲਿਆਕਤ ਦਿੱਤੀ ਹੈ, ਚੰਗੇ ਸੰਸਕਾਰ ਦਿੱਤੇ ਹੈ, ਆਪਣੇ ਪਰਿਵਾਰ ਨੂੰ, ਆਪਣੇ ਜਿਹੜੇ ਸਕੇ ਸੁਤਰਿਆਂ ਦੇ ਪਰਿਵਾਰ ਵੀ ਹੈ, ਉਹਨਾਂ ਦੇ ਲਈ ਵੀ ਮਾਤਾ ਇੱਕ ਰੋਲ ਮਾਡਲ ਸੀ। ਜੇ ਉਹਨਾਂ ਨੇ ਉਹ ਆਪਣੇ ਪੁੱਤਰਾਂ ਦੇ ਸਤਿਕਾਰ ਨਹੀਂ ਕੀਤਾ, ਉੱਥੇ ਆਪਣੇ ਭਾਈਚਾਰੇ ਦੇ, ਆਪਣੇ ਨੇੜੇ ਦੇ, ਆਪਣੇ ਭਤੀਜਿਆਂ ਦੇ, ਉਹਨਾਂ ਨੇ ਵੀ ਆਪਣੀ ਸਦਕ ਦਿਲੀ ਦੇ ਨਾਲ, ਦ੍ਰਿੜਤਾ ਦੇ ਨਾਲ, ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਸਾਰਾ ਕੁਝ ਨਿਸ਼ਾਨਾ ਜਿਹੜਾ ਕਰ ਦਿੱਤਾ। ਅਜਿਹੇ ਸਾਡੇ ਬਜ਼ੁਰਗ ਸੀ, ਅਜਿਹੀਆਂ ਸਾਡੀਆਂ ਮਾਤਾਵਾਂ ਸੀ। ਜਿੱਥੇ ਸਰਦਾਰ ਜਗਿੰਦਰ ਸਿੰਘ ਜੀ, ਸਰਦਾਰ ਮੱਕੜ ਸਿੰਘ ਜੀ, ਸਰਦਾਰ ਸੱਕੜ ਸਿੰਘ ਜੀ ਤੇ ਸਾਡੇ ਇੱਥੋਂ ਚਲੇ ਗਏ ਭੁਪਿੰਦਰ ਸਿੰਘ ਜੀ ਤੇ ਬਲਦੇਵ ਸਿੰਘ ਜੀ ਜਿਹੜੇ ਸੰਸਾਰ ਤੋਂ ਚਲੇ ਗਏ ਹੈ, ਭਾਵੇਂ ਮਾਤਾ ਦੇ ਹੁੰਦਿਆਂ ਪੁੱਤਰ ਦਾ ਜਦੋਂ ਜਾਣਾ ਬਹੁਤ ਵੱਡਾ ਦੁੱਖ ਹੁੰਦਾ ਹੈ। ਤੇ ਉਹ ਮਾਂ ਕਿੰਨੀ ਮਹਾਨ ਹੁੰਦੀ ਹੈ ਜਦੋਂ ਦੇ ਪੁੱਤਰ ਚਲੇ ਜਾਂਦੇ ਹੈ, ਉਹ ਆਪਣੀ ਸਿਰਕਤਗੀ ਦੇ ਨਾਲ ਦੂਜੇ ਪੁੱਤਰਾਂ ਨੂੰ, ਪੋਤਿਆਂ ਨੂੰ, ਦੋਤਿਆਂ ਨੂੰ, ਦੋਤਕਾਂ ਨੂੰ, ਆਪਣੇ ਨਾਲ ਲੋਹਾਂ ਨੂੰ, ਪੋਤ ਲੋਹਾਂ ਨੂੰ, ਕਿੰਨੇ ਉਹ ਐਡੀ ਭਰੀ ਜਿਹੜੀ ਫੈਮਿਲੀ ਦੇ ਵਿੱਚ ਰਹਿ ਕੇ, ਇਸ ਪਰਿਵਾਰ ਦੇ ਵਿੱਚ ਰਹਿ ਕੇ ਆਪਣਾ ਯੋਗਦਾਨ ਜਿਹੜਾ ਪਾਉਂਦੀ ਰਹਿੰਦੀ ਹੈ। ਸੋ ਇਸ ਪਰਿਵਾਰ ਦੇ ਜਿਹੜੇ ਬੱਚੇ ਜਿੱਥੇ ਵਿਦੇਸ਼ਾਂ ਦੇ ਵਿੱਚ ਗਏ ਹੈ, ਉੱਥੇ ਇਸ ਪਰਿਵਾਰਾਂ ਦੇ, ਇਹਨਾਂ ਮਾਵਾਂ ਦੇ, ਇਹਨਾਂ ਬਜ਼ੁਰਗਾਂ ਦੇ ਜਿਹੜੇ ਸੰਸਕਾਰ ਹੈ, ਉਹ ਬੜੇ ਮਹਾਨ ਹੈ। ਜਦੋਂ ਸਾਡੇ ਪਿੰਡ ਦੇ ਵਿੱਚ ਕੋਈ ਅਸੀਂ ਟੂਰਨਾਮੈਂਟ ਕਰਾਉਣਾ ਹੈ, ਕੋਈ ਸਾਂਝੀਆਂ ਸੰਸਥਾਵਾਂ ਜਿਹੜੀਆਂ ਚੱਲਦੀਆਂ, ਉਹਨਾਂ ਦੇ ਕੋਈ ਪ੍ਰੋਗਰਾਮ ਨਿਕਲਣੇ ਹੈ, ਤੇ ਇਸ ਪਰਿਵਾਰ ਦਾ ਜਿਹੜਾ ਯੋਗਦਾਨ ਹੈ ਇੱਕ ਵੱਖਰੇ ਰੂਪ ਦੇ ਵਿੱਚ ਹੁੰਦਾ ਹੈ। ਤੇ ਸਾਡੇ ਇਸ ਪਰਿਵਾਰ ਦੇ ਵਿੱਚੋਂ ਇੱਕ ਭੈਣ ਇਸ ਲਈ ਉਹ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ, ਤੇ ਭਾਵਾਂ ਉਹਨੂੰ ਪਤਾ ਲੱਗ ਜਾਏ ਵੀ ਪਿੰਡ ਮੀਡੀਆ ਤੋਂ ਕੋਈ ਆਇਆ, ਉਹਦਾ ਕੰਮ, ਉਹਦਾ ਜਿਹੜਾ ਹਰ ਕੰਮ ਆ ਜਿਹੜਾ ਉਹ ਆਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਕੁੜੀ ਮੈਂ ਕਈ ਵਾਰ ਗਿਆ, ਤੇ ਭਾਵਾਂ ਉਹ ਮੇਰੇ ਤੋਂ ਭਾਵਾਂ ਵਾਕਫ ਵੀ ਨਹੀਂ ਸੀ ਪਹਿਲਾਂ, ਫਿਰ ਵੀ ਜਦੋਂ ਉਹਨੂੰ ਪਤਾ ਲੱਗਣਾ ਵੀ ਪਿੰਡ ਮੀਡੀਆ ਦਾ ਕੰਮ ਹੈ, ਜਾਂ ਪਿੰਡ ਗੁੱਸੇ ਦਾ ਕੰਮ ਹੈ, ਜਾਂ ਪਿੰਡ ਲੋਕੋ ਦਾ ਕੰਮ ਹੈ, ਜਾਂ ਸਾਡੇ ਆਲੇ ਦੁਆਲੇ ਕਿਸੇ ਭਾਈਚਾਰਕ ਦਾ ਕੰਮ ਹੈ, ਉਹ ਕੁੜੀ ਹੈ ਜਿਹੜੀ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਕੰਮਾਂ ਜਿਹੜੀ ਉਹ ਕਰਕੇ ਦਿੱਤੇ। ਜਿੱਥੇ ਅੱਜ ਕਲਾਕ ਆ ਜਿਹੜੇ ਅਜਿਹੇ ਅਫੀਸਰ ਆ ਜਿਹੜੇ ਕੁਰਸੀ ਤੋਂ ਨਹੀਂ ਉੱਠਦੇ, ਇਸ ਪਰਿਵਾਰ ਦੀ ਦੇਣ ਹੈ, ਇਹਨਾਂ
ਮਾਤਾਵਾਂ ਦਾ ਇਹਨਾਂ ਨੂੰ ਸਾਰਾ ਕੁਝ ਸਤਕਾਰ ਦੇ ਦਿੱਤਾ, ਜਿਹੜਾ ਸਲੀਪ ਹੈ ਜਿਹੜਾ ਸਾਰਾ ਕੁਝ ਹੈ ਇਹ ਇਹਨਾਂ ਬਜ਼ੁਰਗਾਂ ਦਾ ਦਿੱਤਾ ਹੋਇਆ ਹੈ। ਤੇ ਸਾਡੇ ਬਹੁਤ ਹੀ ਸਤਕਾਰ ਜੋ ਜਿਹੜੇ ਬੁਲਾਰੇ ਆਏ ਸੀਗੇ ਸਾਡੇ ਕੋਲ, ਬਹੁਤ ਹੀ ਜਿਹੜੇ ਮਸ਼ਹੂਰ ਸਿੰਗਰ ਆਏ ਹੈ, ਗੀਤਕਾਰ ਆਏ ਹੈ, ਗਾਉਣ ਵਾਲੇ ਆਏ ਹੈ। ਤੇ ਸਾਡੇ ਕੋਲ ਅਮਰੀਕ ਸਿੰਘ ਖੁਸਾ ਪੁੱਤਰਾ ਤੋਂ ਜਿਹੜਾ ਕਬੱਡੀ ਕਮੈਂਟਰ ਹੈ, ਤੁਸੀਂ ਆਮ ਦੇਖਦੇ ਹਾਂ ਯੂਟਿਊਬ ਤੇ, ਜਿਹਨਾਂ ਦਾ ਪੰਜਾਬ ਨਹੀਂ ਦੁਨੀਆਂ ਦੇ ਵਿੱਚ ਆਪਣਾ ਵੱਖਰਾ ਨਾਮ ਹੈ। ਨਾਲ ਨਾਲ ਇਹ ਵੀ ਗੱਲ ਹੈ, ਸਰਦਾਰ ਅਮਰੀਕ ਸਿੰਘ ਨੂੰ ਜਦੋਂ ਮੈਂ ਯੂਟਿਊਬ ਤੇ ਸੁਣਦਾ ਤੇ ਇਹਨਾਂ ਦੇ ਅੰਦਰ ਜਿਹੜੀ ਸੱਚ ਹੈ ਜਿਹੜਾ ਉਹ ਵੀ ਜਿਉਂਦਾ ਕਿਉਂ ਹੈ, ਜਿਹੜਾ ਇੱਕ ਸੱਚੇ ਵੀ ਹੈ ਇਮਾਨਦਾਰ ਵੀ ਹੈ। ਤੇ ਦੇਖੋ ਇਸ ਇਹੋ ਜਿਹੇ ਪਰਿਵਾਰਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਣ ਦੇਣ ਵੀ ਹੈ, ਆਉਣ ਜਾਣ ਵੀ ਹੈ, ਭਾਈਚਾਰਕ ਸਾਂਝ ਵੀ ਹੈ। ਅਮਰੀਕ ਸਿੰਘ ਖੋਸਾ ਪੁੱਤਰਾ ਕਬੱਡੀ ਕਮੈਂਟਰ, ਲਾਡੀ ਮਾਣੂ ਤੇ ਕਬੱਡੀ ਖਿਡਾਰੀ, ਬੂਟਾ ਸਿੰਘ ਮਾਣੂ ਤੇ ਕਬੱਡੀ ਖਿਡਾਰੀ, ਗੱਗੂ ਯੋਧਾ ਬਿੰਦਾ ਨਾਲ ਧੋਏ ਵੀ ਜਿਹੜੇ ਕਬੱਡੀ ਦੇ ਕਮੈਂਟਰ ਹੈ, ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹਨਾਂ ਨੂੰ ਜੀ ਆਇਆਂ ਕਹਿੰਦੇ ਹੈ ਤੇ ਆਪਣੇ ਬੜੇ ਰੰਝੇਰੀਆਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਸਮਾਂ ਕੱਢਿਆ। ਪ੍ਰਗਟ ਚੈਣੀ ਜੱਗਾ ਕੁਲਦੀਪ, ਸ਼ਕਤੀ ਆਪਣੇ ਜਸਵੀਰ ਆਪਣੇ, ਚਰਚਿਤ ਭਗਵਾਨ ਫੇਰੂ ਰਾਈ ਤੇ ਇਹਨਾਂ ਦੇ ਸਾਥੀ, ਹੋਰ ਵੀ ਇਲਾਕੇ ਦੀਆਂ ਜਿਹੜੀਆਂ ਪੰਚਾਇਤ ਪੰਚਾਇਤਾਂ ਜਾਂ ਹੋਰ ਵੱਖ ਵੱਖ ਜਿੱਥੇ ਇਹਨਾਂ ਦੇ ਜਿਹੜੇ ਆਗੂ ਸਾਹਿਬਾਨ ਹੈ, ਮੈਂਬਰ ਸਾਹਿਬਾਨ ਹੈ, ਵੱਖ ਵੱਖ ਸੰਸਥਾਵਾਂ ਦੇ ਜਿਹੜੇ ਆਗੂ ਹੈ, ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਆਪਣੀ ਕੀਮਤੀ ਸਮਾਂ ਜਿਹੜਾ ਉਹ ਕੱਢ ਕੇ ਅੱਜ ਹਾਜ਼ਰੀ ਜਿਹੜੀ ਉਹ ਦਿੱਤੀ ਹੈ। ਅਸੀਂ ਇਹਨਾਂ ਤੋਂ ਮਾਫ਼ੀ ਚਾਹੁੰਦੇ, ਇਹਨਾਂ ਨੂੰ ਟਾਈਮ ਨਹੀਂ ਦੇ ਸਕਦੇ। ਸੋ ਅੰਤ ਦੇ ਵਿੱਚ ਮੈਂ ਕੁਝ ਕੁ ਮਾਤਾ ਜੀ ਦੇ ਸਤਿਕਾਰ ਦੇ ਵਿੱਚ ਪਰਿਵਾਰ ਵਾਲੀਆਂ ਮਾਈਕ ਮਦਦ ਹੈ ਜਿਹੜੀ ਸਾਡੀਆਂ ਸੰਸਥਾਵਾਂ ਨੂੰ ਦਿੱਤੀ ਗਈ ਹੈ ਉਹਨਾਂ ਦਾ ਜਿਹੜਾ ਮੈਂ ਵੇਰਵਾ ਉਹ ਦੱਸ ਰਹੇ ਹੈ ਕਿ ਇਹਨਾਂ ਸੰਸਥਾਵਾਂ ਦੇ ਜਿਹੜੇ ਆਗੂ ਸਾਹਿਬਾਨ ਹੈ ਉਹ ਆਪਣੀ ਮਾਈਕ ਮਦਦ ਹੈ ਜਿਹੜੀ ਸਾਡੇ ਬਹੁਤ ਹੀ ਸਤਿਕਾਰ ਦੇ ਸਰਪੰਚ ਸਰਦਾਰ ਜਸਵੀਰ ਸਿੰਘ ਜੀ ਜਿਹੜੇ ਨੁਮਾਇੰਦਗੀ ਕਰਦੇ ਹੈ ਪਿੰਡ ਵੇਂਗਰਾਂ ਦੀ, ਇਹਨਾਂ ਕੋਲੋਂ ਆਪਣੀ ਮਾਈਕ ਮਦਦ ਹੈ ਜਿਹੜੀ ਜੋ ਇਸ ਪਰਿਵਾਰ ਨੇ ਮਾਤਾ ਜੀ ਦੇ ਸਮਰਪਣ ਦਿੱਤੀ ਹੈ ਉਹ ਇਹਨਾਂ ਕੋਲ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਤੇ ਮੈਂ ਬੇਨਤੀ ਕਰਦਾ ਵਾਂ ਨਾਲ ਦੀ ਨਾਲ ਗ੍ਰੰਥੀ ਸਾਹਿਬਾਨਾਂ ਨੂੰ ਵੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਜਿਹੜੀ ਇਹ ਵਰਤਾਈ ਕਰਕੇ ਗੇਟ ਤੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਜਿਹੜੀ ਪ੍ਰਾਪਤ ਕਰਕੇ ਸਾਰੀਆਂ ਸੰਗਤਾਂ ਨੇ ਚਾਹ ਪਾਣੀ ਛੱਡ ਕੇ ਜਾਣ ਦੀ ਕਿਰਪਾਲਤਾ ਜਿਹੜੀ ਇਹ ਜ਼ਰੂਰ ਕਰਨੀ ਹੈ। ਇਹ ਹੱਥ ਰੰਗ ਕੇ ਬੇਨਤੀ ਹੈ ਤੁਹਾਨੂੰ ਗ੍ਰਾਮ ਪੰਚਾਇਤ ਮੀਨਿੰਗਾਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਡੇ ਇਸ ਪਰਿਵਾਰ ਵੱਲੋਂ ਮਾਤਾ ਸੁਰਜੀਤ ਕੌਰ ਜੀ ਦੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੇ ਚਾਹ ਪਾਣੀ ਛੱਡ ਕੇ ਜਾਣ ਦੀ ਕਿਰਪਾਲਤਾ ਜਿਹੜੀ ਇਹ ਜ਼ਰੂਰ ਕਰਨੀ ਹੈ। ਗੁਰਦੁਆਰਾ ਟਿੱਬੀ ਸਾਹਿਬ ਦੇ ਲਈ ਇਸ ਪਰਿਵਾਰ ਵੱਲੋਂ 1100 ਰੁਪਇਆ ਜਿਹੜਾ ਉਹ ਦਾਨ ਕੀਤਾ ਜਾਂਦਾ ਹੈ। ਡੇਰਾ ਬਾਬਾ ਨਰੈਣ ਦਾਸ ਜੀ ਵਾਸਤੇ ਵੀ ਇਸ ਪਰਿਵਾਰ ਵੱਲੋਂ 11,000 ਰੁਪਇਆ ਗੁਰਦੁਆਰਾ ਟਿੱਬੀ ਸਾਹਿਬ ਦੇ ਲਈ ਤੇ ਡੇਰਾ ਬਾਬਾ ਨਰੈਣ ਦਾਸ ਦੇ ਲਈ 11,000 ਰੁਪਇਆ ਜਿਹੜਾ ਦਿੱਤਾ ਜਾਂਦਾ ਹੈ। ਡੇਰਾ ਬਾਬਾ ਮੁਸ਼ਾ ਜੀ ਦੀ ਜਗ੍ਹਾ ਵਾਸਤੇ 5100 ਰੁਪਇਆ ਦਾ ਦਾਨ ਦਿੱਤਾ ਜਾਂਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਲਈ ਜੋ ਇੱਕੋ ਇਕਾਈ ਹੈ ਪਿੰਡ ਮੀਨਿੰਗਾਂ ਦੇ ਵਿੱਚ, ਇਹਦੇ ਲਈ 5100 ਰੁਪਇਆ ਦਾ ਜਿਹੜਾ ਦਾਨ ਦਿੱਤਾ ਜਾਂਦਾ ਹੈ। ਗੁਰਦੁਆਰਾ ਭਾਨ ਸਾਹਿਬ ਜੋ ਸਿੱਧ ਭੋਈ ਦੇ ਨਾਂ ਤੇ ਧਾਲੀ ਵਾਲਾ ਦੀ ਜਗ੍ਹਾ ਦੇ ਨਾਂ ਤੇ ਇਸ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, 1100 ਰੁਪਇਆ ਇਸ ਧਾਲੀ ਵਾਲਾ ਪਰਿਵਾਰ ਵੱਲੋਂ ਇਸ ਜਗ੍ਹਾ ਲਈ ਵੀ ਦਿੱਤਾ ਜਾਂਦਾ ਹੈ। ਗੁਰਦੁਆਰਾ ਸੰਗਤ ਸਾਰਾ ਸਾਹਿਬ ਦੇ ਲਈ ਪਿੰਡ ਮੀਨਿੰਗਾਂ ਦੇ ਵਿੱਚ ਇਹਦੇ ਲਈ 1100 ਰੁਪਇਆ ਦਿੱਤਾ ਜਾਂਦਾ ਹੈ। ਮਾਤਾ ਸਤੀ ਦਾ ਮੰਦਰ ਹੈ ਜੋ ਗੁੱਸੇ ਦੇ ਰਾਹ ਤੇ ਹੈ, ਇਹਦੇ ਲਈ 1100 ਰੁਪਏ ਦਾ ਦਾਨ ਹੈ ਇਸ ਪਰਿਵਾਰ ਵੱਲੋਂ ਦਿੱਤਾ ਜਾਂਦਾ ਹੈ। ਸਮਾਜ ਸੇਵਾ ਕਲੱਬ ਹੈ ਜੋ ਸਾਡੇ ਪਿੰਡ ਦੇ ਵਿੱਚ ਬੱਚੇ ਹੈ ਜਿਹੜੇ ਇਹ ਤੱਪੜ ਜਿਹੜੀ ਸੇਵਾ ਕਰਦੇ ਹੈ, ਜਿੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੇ ਘਰ ਜਾਂਦਾ ਹੈ, ਮਾਂਜਾ ਮਾਰਦੇ, ਝਾੜੂ ਮਾਰਦੇ ਹੈ, ਕਲੀ ਪਾਉਂਦੇ ਹੈ, ਤੇ ਅੱਜ ਇਹ ਸਮਾਜ ਸੇਵਾ ਜਿਹੜੀ ਕਲੱਬ ਹੈ ਬੜਾ ਨਿਆਰਾ ਕੰਮ ਕਰ ਰਹੀ ਹੈ, ਜਿਹੜਾ ਸਾਰੇ ਪਿੰਡ ਦੇ ਵਿੱਚ ਦਰਖਤ ਲਾਉਣ ਦਾ ਕੰਮ ਹੈ ਜਿਹੜਾ ਇਹ ਸਮਾਜ ਸੇਵਾ ਦੇ ਨੌਜਵਾਨ ਕਰ ਰਹੇ ਹੈ, ਇਹਨਾਂ ਦੇ ਲਈ 1100 ਰੁਪਏ ਦਾ ਜਿਹੜਾ ਦਾਨ ਹੈ ਉਹ ਦਿੱਤਾ ਜਾਂਦਾ ਹੈ। ਇੱਕ ਵਾਰੀ ਹੋਰ ਇਸ ਪਰਿਵਾਰ ਨੇ ਜਦੋਂ ਮਹਿਸੂਸ ਕੀਤਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਫਰਮਾਨੀ ਦੇ ਵਿੱਚ ਇੱਕ ਘਾਟ ਮਹਿਸੂਸ ਕੀਤੀ ਇਸ ਪਰਿਵਾਰ ਨੇ, ਉਹ ਘਾਟ ਸੀ ਵੀ ਜਦੋਂ ਕੋਈ
डेथ हो जाती थी किसी प्राणी की, उस प्राणी को नहाने का बड़ी मुश्किल थी जी जीवन सिंह की फरवाणी के आना सी। इसके लिए अपने बिंच बना के दिता एक मंजा बना के दिता है। सतीक का जितने 10,000 रुपया खर्च हो इस परिवार ने उन्होंने जी मुश्किल की है जी दूर की है। धन्यवादी हैं असं इस परिवार के जोड़े अजिंह चीज़ों को देख के नाल की नाल सेवा जी लेंगे है। बहुत बहुत धन्यवाद है इस परिवार का। माता जी को जोड़े शरदा के फुल भेंट किए गए हैं तो सारे संगत का बहुत बहुत धन्यवाद है। सारी संगत को बेनती है कड़ा प्रसाद लैन तो प्रंत सारे संगत ने चाह पानी छक के जाने की कृपालता करी। वाहगुरु जी का खालसा वाहगुरु जी की फतह। Thank you.
ਮਤ ਰਹਿੰਦਾ ਧੱਕਾ ਦੇ ਕੇ ਵੱਜ ਜਾਂਦਾ ਉਹਦੇ ਚੰਨ ਹੁੰਦਾ ਹਜੇ ਇੱਕ ਮਹੀਨਾ ਦਾ ਆਪਾਂ ਨੂੰ ਕਿਹੜਾ ਦਿਨ ਕਰਕੇ ਆ ਜਾ।
Thank you.
Thank you.
ਪਤਾ ਕਰੀ ਜਗਾ ਪਤਾ ਕਰੀ ਉਹ ਇੱਥੇ ਆਉਣ ਦਾ Thank you.
ਕਾਲੂ ਪੈਂਟੀ ਆ ਕਿਵੇਂ ਸੀ ਆਈ ਜਾਣਾ ਮੈਂ ਠਾਣ ਨੂੰ ਆਈ ਜਾਣਾ ਵੀਰੇ ਓਕੇ ਵੀਰੇ